ਮੈਂ ਨਾਮਧਾਰੀ ਮਹਿੰਦਰ ਸਿੰਘ ਅਹੀਆਪੁਰੀ ਸ਼ਹੀਦ ਆਜ਼ਮ ਭਗਤ ਸਿੰਘ ਯਾਦਗਾਰੀ ਕਲੱਬ ਦੇ ਪ੍ਰਧਾਨ ਹੋਣ ਦੇ ਨਾਤੇ ਮੈਨੂੰ ਬੜਾ ਦੁੱਖ ਆ ਕਿ ਮੈਂ ਬਹੁਤ ਲੰਬਾ ਸਮਾਂ ਬੀਜੇਪੀ ਦੀ ਸੇਵਾ ਕੀਤੀ ਆ। ਤਕਰੀਬਨ ਇੱਕ ਸਾਲ ਹੋ ਗਿਆ ਮੈਨੂੰ ਦੇਖਦਿਆਂ। 700 ਕਿਸਾਨ ਮਰ ਚੁੱਕਾ ਵਾ ਲਖੀਮਪੁਰ ਖੇਰੀ, ਜਿੱਥੇ ਕਿ ਹੁਣੇ ਹੁਣੇ ਇਹਨਾਂ ਨੇ ਗੱਡੀਆਂ ਚੜਾ ਕੇ ਬੇਦੋਸ਼ਾਂ ਨੂੰ ਮਾਰ ਦਿੱਤਾ, ਉਹਨਾਂ ਦੀ ਹੱਤਿਆ ਕੀਤੀ ਆ। ਮੈਂ ਉਹਦੇ ਰੋਸ ਵਿੱਚ ਆ ਕੇ ਬੀਜੇਪੀ ਨੂੰ ਅਲਵਿਦਾ ਕਹਿ ਰਿਹਾ ਵਾਂ। ਸਾਡੀ ਰੋਟੀ ਔਰ ਬੇਟੀ ਦੀ ਸਾਂਝ, ਸਾਡਾ ਇਹਨਾਂ ਨਾਲ ਭਾਈਚਾਰਾ, ਸਾਡਾ ਇਹਨਾਂ ਨਾਲ ਪਿਆਰ, ਹਿੰਦੁਸਤਾਨ ਜਦੋਂ ਆਜ਼ਾਦ ਹੋਇਆ ਤਾਰੀਖ ਗਵਾਹ ਆ। 80% ਪੰਜਾਬ ਦੇ ਬੰਦਿਆਂ ਨੇ ਕੁਰਬਾਨੀਆਂ ਕੀਤੀਆਂ। ਪਰ ਮੈਨੂੰ ਬੜਾ ਦੁੱਖ ਆ ਸਾਡੇ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਸਾਹਿਬ, ਜਿਨ੍ਹਾਂ ਨੇ ਕਦੀ ਵੀ ਉਹਨਾਂ ਟਵੀਟ ਦੇ ਉੱਤੇ ਜਾਂ ਉਹਨਾਂ ਅਫਸੋਸ ਨਹੀਂ ਯਾਰ ਕੀਤਾ। ਮੈਨੂੰ ਇਸ ਗੱਲ ਦਾ ਬੜਾ ਦੁੱਖ ਆ। ਸਰਕਾਰਾਂ ਬਹੁਤ ਆਈਆਂ, ਇਹਨਾਂ ਨੇ ਜਲ੍ਹਿਆਂਵਾਲਾ ਬਾਗ ਮੈਨੂੰ ਯਾਦ ਕਰਾ ਦਿੱਤਾ ਸਾਰੇ ਹਿੰਦੁਸਤਾਨ ਨੂੰ। ਹਿਟਲਰ ਜਿਹਨੇ ਜਰਮਨੀ ਦੇ ਅੰਦਰ ਨੌਜਵਾਨ ਉੱਥੇ ਸੰਘਰਸ਼ ਚੱਲਿਆ ਸੀ, ਗੈਸ ਦੇ ਉਹਨਾਂ ਗੋਲੇ ਪਾ ਪਾ ਕੇ ਉਹਨਾਂ ਨੂੰ ਮਾਰਿਆ। ਅੰਗਰੇਜ਼ ਵੀ ਇੱਥੇ ਆਇਆ, ਬਾਬਾ ਰਾਮ ਸਿੰਘ, ਸਾਡੇ ਨਾਮਧਾਰੀ ਬਾਬਾ ਰਾਮ ਸਿੰਘ, ਜਿਨ੍ਹਾਂ ਨੇ ਹਿੰਦੁਸਤਾਨ ਨੂੰ ਯਾਦ ਕਰਾਉਣ ਵਾਸਤੇ ਬਹੁਤ ਕੁਰਬਾਨੀਆਂ ਕੀਤੀਆਂ। ਲੇਕਿਨ ਮੈਨੂੰ ਬੜਾ ਦੁੱਖ ਆ ਕਿ ਜਲ੍ਹਿਆਂਵਾਲਾ ਬਾਗ ਆ ਜਿਹਨੇ ਯਾਦ ਕਰਾ ਦਿੱਤਾ, ਉਹ ਪੰਜਾਬ ਜਿਹਨੂੰ ਸੋਨੇ ਦੀ ਚਿੜੀਆ ਕਹਿੰਦੇ ਆ, ਸਾਨੂੰ ਨਾਲੇ ਲੁੱਟਿਆ ਨਾਲੇ ਸਾਨੂੰ ਕੁੱਟਿਆ। ਇਹ ਭਾਜਪਾ ਵਾਲਿਆਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ 700 ਕਿਸਾਨ ਮਰ ਚੁੱਕਾ ਵਾ, 9 ਕਿਸਾਨ ਹੁਣ ਤੁਹਾਡੇ ਸਾਹਮਣੇ ਮਰੇ ਆ। ਇਹ ਕਿਸਾਨਾਂ ਦਾ ਮੁੱਦਾ ਜਿਹੜਾ ਵਾ, ਇਹ ਸਾਰੇ ਹਿੰਦੁਸਤਾਨ ਦੇ ਵਿੱਚ ਹੀ, ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਕਰਨਾਟਕਾ, ਜਿੱਥੇ ਵੀ ਤੁਸੀਂ ਜਿਹੜੀ ਮਰਜ਼ੀ ਸਟੇਟ 'ਚ ਜਾਓ, ਹਰਿਆਣਾ ਦੇਖੋ ਕਿੱਦਾਂ ਨੇ ਮੁੱਖ ਮੰਤਰੀ ਆ, ਜੈਸੇ ਕੋ ਤੈਸਾ। ਤੁਹਾਨੂੰ ਕੋਈ ਸ਼ਰਮ ਹੋਣੀ ਚਾਹੀਦੀ ਹੈ ਕਮ ਸੇ ਕਮ। ਮੈਂ ਅਲਵਿਦਾ ਕਰ ਰਿਹਾ ਤੁਹਾਡੀ ਭਾਰਤੀ ਜਨਤਾ ਪਾਰਟੀ ਨੂੰ, ਮੈਂ ਅਲਵਿਦਾ ਕਰ ਰਿਹਾ ਭਾਰਤੀ ਜਨਤਾ ਪਾਰਟੀ ਨੂੰ। ਜੈ ਹਿੰਦ।